ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਥਰਡ ਆਈ ਪਿਕਚਰਸ 'ਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਿੱਤ ਨਵੇਂ ਫਨਕਾਰਾਂ ਨਾਲ ਰੂਬਰੂ ਕਰਾਉਂਦੇ ਹਾਂ, ਸੋ ਅੱਜ ਉਹ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ। ਉਈ ਜੀ, ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਚੱਲ ਕੋਈ ਨਾ ਜੀ, ਸਵਾਗਤ ਨੂੰ ਤੁਸੀਂ ਕਿਹੜਾ ਬਰਫੀ ਗਵਾਤੀ ਤੁਹਾਡੇ ਵਰਗੇ ਨੂੰ ਖਵਾਉਣ ਲੱਗੇ ਤਾਂ ਬਸ ਕੀ। ਕੁਝ ਨਹੀਂ ਜੀ, ਕੁਝ ਨਹੀਂ। ਤੁਹਾਡਾ ਇਹ ਨਾਮ ਕਿਹਨੇ ਰੱਖਿਆ ਜੀ? ਨਾਮ ਮੇਰਾ ਉਈ ਜੀ, ਅਸਲ 'ਚ ਇਹਦੇ ਪਿੱਛੇ ਜੀ ਬਹੁਤ ਵੱਡਾ ਰਾਜ ਆ। ਕੋਈ ਵੀ ਕੰਮ ਹੋਣਾ ਹਨਾ ਲੋਕਾਂ ਨੂੰ, ਮੈਂ ਕਹਿਣਾ ਯਾਰ ਇਹ ਤਾਂ ਉਈ ਆ, ਇਹ ਤਾਂ ਉਈ ਆ, ਇਹ ਤਾਂ ਉਈ ਆ, ਸੌਰੀ ਸੌਰੀ ਸੌਰੀ। ਤੇ ਜਾਣੀ ਉਦੋਂ ਬਾਅਦ ਲੋਕਾਂ ਨੇ ਮੈਨੂੰ ਉਈ ਕਹਿਣ ਲੱਗ ਗਏ ਤੇ ਤੁਸੀਂ ਨਾਲ ਜੀ ਨਾਲ ਲੱਗ ਗਏ। ਚਲੋ ਕੋਈ ਚੱਕਰ ਨਹੀਂ। ਨਹੀਂ, ਬਹੁਤ ਨਾਈਸ ਨੇਮ ਆ ਜੀ ਤੁਹਾਡਾ। ਥੈਂਕ ਯੂ ਜੀ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਕਿ ਤੁਸੀਂ ਕੀ ਕੰਮ ਕਰਦੇ ਹੋ। ਕੰਮ ਤਾਂ ਕਹ ਨਹੀਂ ਜੀ। ਨਹੀਂ ਮਤਲਬ ਕੋਈ ਕੰਮ ਨਹੀਂ ਕਰਦੇ ਤੁਸੀਂ? ਨਹੀਂ ਜੀ, ਕਹ ਨਹੀਂ। ਤੇ ਤੁਹਾਡੇ ਫਿਊਚਰ ਪਲਾਨ ਕੀ ਨੇ? ਕੁਛ ਨਹੀਂ ਜੀ। ਅੱਛਾ ਜੀ, ਤੁਸੀਂ ਅੱਗੇ ਕੁਝ ਨਹੀਂ ਸੋਚਿਆ ਕਿ ਅੱਗੇ ਲਾਈਫ 'ਚ ਕੀ ਕਰਨਾ ਹੈ? ਇੱਦਾਂ ਤਾਂ ਜੀ ਸ਼ੌਂਕ ਤਾਂ ਹੈਗੇ ਆ ਜੀ, ਜਿਵੇਂ ਵੀ ਬਾਹਰ ਜਾਣਾ ਕਨੇਡਾ ਜੀ। ਅੱਛਾ ਜੀ, ਕਨੇਡਾ ਕਿਵੇਂ ਜਾਣਾ ਜੀ? ਜਹਾਜ਼ 'ਤੇ। ਉਹ ਸਾਰੇ ਜਹਾਜ਼ 'ਤੇ ਜਾਂਦੇ ਨੇ ਜੀ। ਚਲੋ ਛੱਡੋ, ਤੁਹਾਡੀ ਲਾਈਫ 'ਚ ਕੁਝ ਇੱਦਾਂ ਦਾ ਹੋਇਆ ਜਿਸ ਨੇ ਤੁਹਾਡੀ ਲਾਈਫ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਹੋਵੇ? ਹਾਂਜੀ, ਇਹ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਜੀ, ਤੇ ਮੈਂ ਜ਼ਰੂਰ ਦੱਸਣਾ ਚਾਹੂੰਗਾ। ਮੇਰੇ ਨਾਲ ਇੱਕ ਇਹੋ ਜਿਹਾ ਹਾਦਸਾ ਹੋਇਆ ਜਿਹਨੇ ਮੇਰੀ ਲਾਈਫ ਜਮ੍ਹਾਂ ਬਦਲ ਕੇ ਰੱਖ ਦਿੱਤੀ। ਬਾਈ ਸਿੱਧੂ ਮੂਸੇਵਾਲੇ ਦਾ ਜੀ ਗਾਣਾ ਜਿਹਾ ਸੀ ਪਿੱਛੇ ਜੇ, ਘਰੇ ਬਹਿ ਕੇ ਮਾਰੀਆਂ ਦੀ ਗੱਲਾਂ ਸਮੇਂ ਤੇ ਹਾਲਾਤਾਂ। ਹਾਂਜੀ ਹਾਂਜੀ ਹਾਂਜੀ। ਤੇ ਪਹਿਲਾਂ ਉਹ ਤੋਂ ਪਹਿਲਾਂ ਜੀ ਮੈਂ ਜਮ੍ਹਾਂ ਕੋਈ ਡੱਕਾ ਨਹੀਂ ਸੀ ਤੋੜਦਾ, ਘਰੇ ਬੈਠੇ ਰਹਿਣਾ, ਗੱਲਾਂ ਕਰੀ ਜਾਣੀਆਂ, ਗੱਪਾਂ ਮਾਰਨੀਆਂ, ਕਦੇ ਕੀ ਕਦੇ ਕੀ, ਹਨਾ। ਜਦੋਂ ਉਹ ਗਾਣਾ ਸੁਣਿਆ ਜਾਣੀ ਮੇਰੇ ਅੰਦਰ ਨਾ ਇੱਕ ਚੰਗਿਆਰੀ ਟੁੱਟੀ ਜੀ, ਮਨਾ ਦੁਨੀਆ ਚੰਦ ਤੇ ਪਹੁੰਚ ਗਈ। ਅੱਛਾ ਜੀ, ਤੂੰ ਘਰੇ ਬੈਠਾ ਵਿਹਲਾ ਹੈ ਕਿ ਨਹੀਂ? ਤੇ ਜਾਣੀ ਉਹ ਗਾਣੇ ਨੇ ਜਮ੍ਹਾਂ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਮੈਂ ਤਾਂ ਬਾਈ ਦਾ ਧੰਨਵਾਦੀ ਹਾਂ ਵੀ ਉਹ ਗਾਣੇ ਨੇ ਮੈਨੂੰ ਇੰਨਾ ਯਾਨੀ ਪ੍ਰਭਾਵਿਤ ਕੀਤਾ। ਉਹ ਤੋਂ ਬਾਅਦ ਜੀ ਮੈਂ ਘਰੇ ਬਹਿ ਕੇ ਗੱਲਾਂ ਮਾਰਨੀਆਂ ਜਮ੍ਹਾਂ ਛੱਡਤੀਆਂ। ਅੱਛਾ ਜੀ, ਫਿਰ ਤੁਸੀਂ ਕੀ ਕੀਤਾ ਜੀ? ਫਿਰ ਜੀ ਮੈਂ ਮੋੜ 'ਤੇ ਬਹਿ ਕੇ ਗੱਲਾਂ ਮਾਰਨ ਲੱਗ ਗਿਆ। ਆਥਣ ਸਵੇਰ ਜਾਈਦਾ ਸੀ, ਉੱਥੇ ਹੈ ਕਿ ਨਹੀਂ, ਰੋਟੀ ਦੇ ਟਾਈਮ ਆ ਜਾਈਦਾ ਸੀ, ਪਰ ਉਦੋਂ ਬਾਅਦ ਮੈਂ ਘਰੇ ਬਹਿ ਕੇ ਗੱਲਾਂ ਜਮ੍ਹਾਂ ਨਹੀਂ ਮਾਰ। ਚਲੋ ਕੁਝ ਤਾਂ ਦੱਸਿਆ ਤੁਸੀਂ ਆਪਣੇ ਬਾਰੇ। ਹਾਂਜੀ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਵੀ ਤੁਹਾਡਾ ਫ੍ਰੀ ਟਾਈਮ ਹੁੰਦਾ, ਵੈਸੇ ਤਾਂ ਤੁਹਾਡਾ ਕੰਮ ਗੱਲਾਂ ਮਾਰਨਾ, ਪਰ ਇਸ ਤੋਂ ਇਲਾਵਾ ਵੀ ਤੁਸੀਂ ਕੀ ਕਰਦੇ ਹੋ? ਉਦੋਂ ਜੀ ਇੱਦਾਂ ਦੇ ਦੋ ਚਾਰ ਸ਼ੌਂਕ ਜੇ ਹੈਗੇ ਆ ਜੀ ਹੋਰ ਵੀ ਆਪਾਂ ਨੂੰ, ਜਿਵੇਂ ਤੁਸੀਂ ਦੇਖਿਆ ਹੋਣਾ ਯੂਟਿਊਬ 'ਤੇ ਵੀਡੀਓ। ਹਾਂਜੀ ਹਾਂਜੀ, ਗਾਣੇ ਅਤੇ ਆਪਣੀਆਂ ਫਿਲਮਾਂ ਅਪਲੋਡ ਹੁੰਦੀਆਂ, ਹੈ ਨਾ। ਅੱਛਾ ਜੀ, ਅਤੇ ਤੁਸੀਂ ਦੇਖਿਆ ਹੋਣਾ ਉਹ ਲਾਈਕ ਦੇ ਨਾਲ ਡਿਸਲਾਈਕ ਵਾਲਾ ਬਟਨ ਵੀ ਹੁੰਦਾ ਹੈ ਜੀ। ਹਾਂਜੀ ਹਾਂਜੀ, ਡਿਸਲਾਈਕ। ਹਾਂਜੀ ਹਾਂਜੀ, ਅਤੇ ਦਾਸ ਉਹ ਹੀ ਕੰਮ ਕਰਦਾ ਜੀ ਡਿਸਲਾਈਕ ਕਰਨ ਦਾ। ਓਕੇ ਜੀ, ਮਤਲਬ ਕਿ ਤੁਸੀਂ ਡਿਸਲਾਈਕ ਕਰੋ? ਹਾਂਜੀ, ਕਦੇ ਮਾਣ ਹੀ ਨਹੀਂ ਕੀਤਾ ਜੀ। ਮਾਣ ਕਰਨ ਕਿਹੜਾ, ਤੁਸੀਂ ਐਵਰੇਸਟ 'ਤੇ ਜਾ ਰਹੇ ਕੀ? ਨਹੀਂ ਕੁਝ ਨਹੀਂ ਜੀ, ਕੁਝ ਨਹੀਂ। ਅਤੇ ਤੁਸੀਂ ਇਹ ਡਿਸਲਾਈਕ ਕਰਦੇ ਹੋ, ਤੁਹਾਨੂੰ ਕੀ ਮਿਲਦਾ ਇਹਦੇ ਨਾਲ? ਇਹਦੇ ਨਾਲ ਜੀ ਬਹੁਤ ਖੁਸ਼ੀ ਮਿਲਦੀ ਹੈ ਜੀ, ਪਰਮਾਤਮਾ ਨੇ ਸਾਡੀ ਡਿਊਟੀ ਲਾਈ ਹੋਈ ਹੈ ਜੀ ਇਹ ਕੰਮ ਦੀ। ਅੱਛਾ, ਜਿਹੜੀ ਵੀ ਵੀਡੀਓ ਆਉਂਦੀ ਆਪਾਂ ਲਪੇਟ ਦਈਦੀ ਆ, ਕੁਛ ਕੁ ਵੀਡੀਓ ਤਾਂ ਆਪਾਂ ਦੇਖੀ ਦੀਆਂ ਜੀ ਬਿਨਾਂ ਦੇਖੇ। ਇੱਥੋਂ ਤੱਕ ਕਿ ਧਾਰਮਿਕ ਸੌਂਗ, ਧਾਰਮਿਕ ਸ਼ਬਦ ਉਹ ਵੀ ਨਹੀਂ ਛੱਡੇ, ਬਾਕੀ ਦਾ ਤੁਸੀਂ ਆਪ ਹੀ ਸਮਝ ਲਓ ਵੀ ਕੀ ਛੱਡਣਾ, ਹੈ ਨਾ। ਆਪਾਂ ਤਾਂ ਬਸ ਕਰਦੇ। ਠੀਕ ਹੈ, ਅਤੇ ਹੁਣ ਤੱਕ ਕਿੰਨੀਆਂ ਕੁ ਵੀਡੀਓ ਨੂੰ ਡਿਸਲਾਈਕ ਕਰ ਚੁੱਕੇ ਤੁਸੀਂ? ਕੋਈ ਗਿਣਤੀ ਨਹੀਂ ਜੀ, ਅੱਜ ਹਿਸਾਬ ਨਹੀਂ ਲਾਇਆ, ਅਣਗਿਣਤ। ਹੁਣ ਦੱਸਿਆ ਲਾ ਜਿਹੜੀ ਆਈ ਦੀ ਆਪਾਂ ਲਪੇੜ ਦੇਈ, ਇਕੱਲੇ ਡਿਸਲਾਈਕ ਨਹੀਂ ਕਮੈਂਟ ਵੀ ਕਰੀ ਦੇ। ਅੱਛਾ, ਕੀ ਕਮੈਂਟ ਕਰਦੇ ਹੋ? ਕਮੈਂਟ ਆਹੀ ਜੀ, ਗਾਲਾਂ ਗੁਲਾਂ ਕੱਢੀ ਦੀਆਂ, ਮਾਂ ਭੈਣ ਕਰੀ ਦੀ ਆ। ਠੀਕ ਹੈ ਜੀ, ਅਤੇ ਜਾਣੀ ਕਿ ਤੁਸੀਂ ਅਗਲੇ ਨੂੰ ਡੀਮੋਟੀਵੇਟ ਕਰਦੇ ਹੋ, ਉਹ ਕੀ ਹੁੰਦਾ ਜੀ? ਚਲੋ ਛੱਡੋ, ਉਹ ਤੁਹਾਨੂੰ ਨਹੀਂ ਪਤਾ ਹੋਣਾ ਡੀਮੋਟੀਵੇਟ ਕੀ ਹੁੰਦਾ। ਮਤਲਬ ਕਦੇ ਇਹ ਨਹੀਂ ਸੋਚਿਆ ਕਿ ਜੋ ਇੰਨੀ ਮਿਹਨਤ ਕਰਕੇ ਕੋਈ ਕੰਟੈਂਟ ਬਣਾ ਰਿਹਾ, ਕੋਈ ਵੀਡੀਓ ਬਣਾ ਰਿਹਾ, ਉਸ 'ਤੇ ਦਿਲ 'ਤੇ ਕੀ ਬੀਤੀ ਹੋਊਗੀ ਤੁਹਾਡੇ ਇੱਕ ਡਿਸਲਾਈਕ ਕਰਨ ਵਾਲਾ ਜਾਂ ਕਮੈਂਟ ਕਰਨ ਵਾਲਾ? ਬੀਤੀ ਜਾ ਵੀ ਸਾਨੂੰ ਕੀ ਆ, ਸਾਡਾ ਕੰਮ ਇੰਨਾ ਨਹੀਂ ਕਦੇ ਸੋਚੀਦਾ, ਸਿੱਧੀ ਗੱਲ ਹੈ ਕਿ ਨਹੀਂ, ਆਪਾਂ ਤਾਂ ਆਪਦਾ ਕੰਮ ਕਰੀਦਾ। ਬਾਕੀ ਮੈਂ ਕਿਹੜਾ ਇਕੱਲਾ ਕਰਨਾ, ਮੇਰੇ ਅੱਗੇ ਹੋਰ ਬਥੇਰੇ ਆ, ਆਪਣੀ ਵੀਡੀਓ ਚੱਲਦੀ ਆ, ਆ ਜਾਣਾ, ਮੇਰੇ ਅੱਗੇ ਬਥੇਰੇ ਇੱਥੇ। ਇਹ ਤਾਂ ਤੁਹਾਡੇ ਵਰਗੀ ਨਸਲ ਬਹੁਤ ਤੁਰੀ ਫਿਰ। ਹਾਂਜੀ ਹਾਂਜੀ, ਸਾਡਾ ਕੰਮ ਹੀ ਇਹ ਆ ਜੀ, ਠੀਕ ਹੈ, ਡਿਊਟੀ ਲਾਈ ਹੈ ਪਰਮਾਤਮਾ ਨੇ। ਚਲੋ ਛੱਡੋ, ਇਸ ਤੋਂ ਬਿਨਾਂ ਹੋਰ ਕੋਈ ਕੰਮ? ਹੋਰ ਕੰਮ ਜੀ, ਜਿਵੇਂ ਕਲਾਕਾਰਾਂ ਸਿੰਗਰਾਂ ਦੇ ਖਾੜੇ ਖੂੜੇ ਹੁੰਦੇ ਆ ਜੀ, ਹੈ ਕਿ ਨਹੀਂ,
ਤੇ ਉੱਥੇ ਜਾਈਦਾ ਜੀ ਆਪਾਂ ਹਮ ਹਵਾ ਆ ਕੇ ਪਹੁੰਚੀਦਾ। ਅੱਛਾ ਜੀ। ਤੇ ਗੰਦ ਗੁੰਦ ਪਾਈ ਦਾ ਕਾਲਾ ਗੁਣਾ ਕੱਢੀ ਦੀਆਂ ਰੋੜੇ ਰੋੜੇ ਵੀ ਮਾਰੀ ਦੀਆਂ ਜੀ, ਕਈ ਥਾਂ ਕੁੱਟ ਵੀ ਖਾਈ ਆ ਵੈਸੇ ਤਾਂ, ਤੇ ਜਾਣੀ ਆਪ ਜੱਲਿਓਂ ਪੂਰਾ ਫਰਜ਼ ਨਿਭਾਈਦਾ। ਅੱਛਾ ਜੀ, ਤੁਹਾਡੇ ਲੱਛਣ ਹੀ ਪੁੱਟ ਖਾਣ ਵਾਲੇ। ਵੈਸੇ ਕੋਈ ਗੱਲ ਨਹੀਂ, ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ, ਹੋਰ ਪੁੱਟ ਖਾਓ। ਤੇ ਮੈਨੂੰ ਲੱਗਦਾ ਹੁਣ ਆਪਾਂ ਨੂੰ ਇੰਟਰਵਿਊ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਮੇਰੇ ਕੋਲ ਸਵਾਲ ਵੀ ਮੌਕੇ ਤੇ ਤੁਹਾਡੇ ਵਰਗੇ ਬੁੱਝਣ ਪੁਰਾਣੀ ਤੋਂ ਹੋਰ ਮੈਂ ਪੁੱਛਾਂ ਵੀ ਕੀ। ਮੈਂ ਕਿਹੜਾ ਵਿਹਲਾ, ਤੁਸੀਂ ਤਾਂ ਉਹੀ ਸਮਝਦੇ ਆ, ਜਾ ਕੇ 4-5 ਗਾਣੇ ਡਿਸਲਾਈਕ ਕਰਨੇ ਆ, ਅਸੀਂ ਉਹੀ ਤੁਰੇ ਫਿਰਦੇ ਆ। ਅਸੀਂ ਪਤਾ ਨਹੀਂ ਕਿਵੇਂ ਗਲਤੀ ਕਰ ਲਈ ਤੁਹਾਡੇ ਵਰਗੇ ਬੰਦਿਆਂ ਨੂੰ ਸੱਦ ਕੇ ਇੱਥੇ ਜਨੌਰਾਂ ਨੂੰ। ਅੱਛਾ ਜਾਂਦੇ ਹੋ ਕਿ ਨਹੀਂ ਆ, ਮੈਂ ਸਿਕਿਉਰਿਟੀ ਬੁਲਾਵਾਂ। ਸਿਕਿਉਰਿਟੀ ਦੀ ਕੀ ਲੋੜ ਹੈ ਯਾਰ, ਬਿਜ਼ਨਸ ਦਾ ਗੁੱਸਾ ਹੀ ਕਰ ਗਿਆ ਯਾਰ, ਹਾਂ ਥੋੜ੍ਹਾ ਹੁੰਦਾ ਥੋੜ੍ਹੇ ਕਰਕੇ ਜਾਂਦੇ ਆ ਦੀ ਜਾਂਦਾ ਜਾਂਦਾ ਕਿ ਨਹੀਂ ਜਾਂਦਾ। We'll be right back.